ਘਰ ਤੋਂ ਕੰਮ 'ਤੇ ਗਿਆ ਜਵਾਨ ਸੋਹਣਾ ਪੁੱਤ ਸ਼ਾਮ ਹੁੰਦੇ ਹੁੰਦੇ ਖਤਮ ਹੋ ਗਿਆ। ਪਤਾ ਲੱਗਿਆ ਕਿ ਪਿੰਡ ਦੇ ਹੀ ਮੁੰਡੇ ਦੇ ਵੱਲੋਂ ਉਸਦੇ ਉੱਪਰ ਹਮਲਾ ਕੀਤਾ ਗਿਆ ਅਤੇ ਉਸਦੀ ਜਾਨ ਲਈ ਗਈ, ਜਿਸ ਦੇ ਪਿੱਛੇ ਦਾ ਕਾਰਨ ਹੋਰ ਕੁਝ ਨਹੀਂ ਸਗੋਂ ਕਿਸੇ ਹੋਰ ਦੀ ਲੜਾਈ ਨੂੰ ਛੁਡਵਾਉਣਾ ਸੀ। ਇਹ ਦੱਸਿਆ ਜਾ ਰਿਹਾ ਹੈ ਕਿ ਪਤੀ ਪਤਨੀ ਦੀ ਆਪਸ ਦੇ ਵਿੱਚ ਲੜਾਈ ਸੀ, ਪਰ ਵਿੱਚ ਵਿਚਾਲੇ ਇਹ ਨੌਜਵਾਨ ਮੁੰਡਾ ਮਾਰਿਆ ਗਿਆ ਜੋ ਕਿ ਫਰਿੱਜ ਠੀਕ ਕਰਦਾ ਕੰਮ ਕਰਦਾ ਸੀ, ਉੱਥੇ ਹੀ ਫਰਿੱਜਾਂ ਦੀ ਦੁਕਾਨ ਸੀ। ਇਹ ਸਾਰਾ ਝਗੜਾ ਕਿਉਂ ਅਤੇ ਕਿਵੇਂ ਹੋਇਆ, ਇਸ ਤੋਂ ਬਾਅਦ ਮੁੱਢਲੀ ਤਫਤੀਸ਼ ਦੇ ਵਿੱਚ ਕੀ ਕੁਝ ਸਾਹਮਣੇ ਆਇਆ ਅਤੇ ਪਿੰਡ ਵਾਲੇ ਕੀ ਆਖ ਰਹੇ ਨੇ ਜਾਣਦੇ ਹਾਂ। ਸੰਗਰੂਰ ਦੇ ਹਲਕਾ ਦਿੜਬਾ ਦੇ ਪਿੰਡ ਖਨਾਲ ਕਲਾਂ ਦਾ ਇਹ ਮਾਮਲਾ, ਜਿੱਥੇ 24 ਸਾਲ ਦੇ ਨੌਜਵਾਨ ਨੂੰ ਬੇਰਹਿਮੀ ਦੇ ਨਾਲ ਤਲਵਾਰਾਂ ਮਾਰ ਕੇ ਖਤਮ ਕਰ ਦਿੱਤਾ ਗਿਆ। ਇਸ ਮੁੰਡੇ ਦੀ ਮ੍ਰਿਤਕ ਦੇ ਹਸਪਤਾਲ ਵਿਖੇ ਪਈ ਸੀ ਅਤੇ ਪਿਓ ਨੂੰ ਬਾਹਰ ਪਤਾ ਤੱਕ ਨਹੀਂ ਸੀ ਕਿ ਇਹ ਸਭ ਕੁਝ ਉਸਦੇ ਪੁੱਤ ਨਾਲ ਵਾਪਰ ਚੁੱਕਿਆ। ਉਹਨਾਂ ਨੂੰ ਸਿਰਫ ਇਹੀ ਦੱਸਿਆ ਗਿਆ ਸੀ ਕਿ ਮੁੰਡਾ ਜ਼ਖਮੀ ਹੈ। ਉਹ ਇਸ ਉਮੀਦ ਦੇ ਵਿੱਚ ਸੀ ਕਿ ਆਪਣੇ ਪੁੱਤ ਦੇ ਨਾਲ ਉਹ ਗੱਲਾਂ ਕਰਨਗੇ, ਪਰ ਨਹੀਂ ਪਤਾ ਸੀ ਕਿ ਅੰਦਰ ਉਹ ਮੁੱਕ ਚੁੱਕਿਆ। ਡਾਕਟਰਾਂ ਦਾ ਕਹਿਣਾ ਸੀ ਕਿ ਜਦੋਂ ਇਹ ਬੱਚਾ ਉੱਥੇ ਪਹੁੰਚਿਆ ਤਾਂ ਉਸੇ ਸਮੇਂ ਹੀ ਮ੍ਰਿਤਕ ਹਾਲਤ ਦੇ ਵਿੱਚ ਸੀ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਸਾਡਾ ਬੇਟਾ, ਜੋ ਕਿ ਖਨਾਲ ਕਲਾਂ ਵਿਖੇ ਹੀ ਫਰਿੱਜ ਰਿਪੇਅਰ ਅਤੇ ਪਰਚੂਨ ਦੀ ਦੁਕਾਨ ਕਰਦਾ ਸੀ। ਇਸ ਨੌਜਵਾਨ ਮੁੰਡੇ, ਜਿਸ ਦਾ ਨਾਮ ਸੁਖਦਰਸ਼ਨ ਸਿੰਘ ਸੀ, ਇਸ ਦੇ ਜਾਣ ਮਗਰੋਂ ਪਰਿਵਾਰ ਸਮੇਤ ਪਿੰਡ ਵਾਲਿਆਂ ਨੇ ਬਿੱਟੂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ, ਕਿਉਂਕਿ ਮੁੱਢਲੀ ਜਾਂਚ ਦੇ ਵਿੱਚ ਫਿਲਹਾਲ ਉਸੇ ਦਾ ਹੀ ਨਾਮ ਸਾਹਮਣੇ ਆਇਆ। ਪੁਲਿਸ ਦੀ ਜਾਂਚ ਪੜਤਾਲ ਵੀ ਜਾਰੀ ਹੈ। ਅਤੇ ਇੱਧਰ ਪਿੰਡ ਦੇ ਸਰਪੰਚ ਸਤਨਾਮ ਸਿੰਘ ਨੇ ਕਿਹਾ ਕਿ ਪਿੰਡ ਦਾ ਨੌਜਵਾਨ ਗੁਰਦਰਸ਼ਨ ਸਿੰਘ ਪਰਚੂਨ ਦੀ ਦੁਕਾਨ ਦੇ ਨਾਲ ਫਰਿੱਜ ਦੀ ਰਿਪੇਅਰ ਦਾ ਕੰਮ ਕਰਦਾ ਸੀ ਅਤੇ ਅੱਜ ਨਿਹੰਗ ਬਾਣੇ ਦੇ ਵਿੱਚ ਇੱਕ ਵਿਅਕਤੀ ਦੇ ਵੱਲੋਂ ਇਸ ਨੂੰ ਖਤਮ ਕੀਤਾ ਗਿਆ। ਮ੍ਰਿਤਕ ਪੱਟੀਵਾਲ ਕਲਾਂ ਦਾ ਰਹਿਣ ਵਾਲਾ ਸੀ, ਜੋ ਕਿ ਖਨਾਲ ਕਲਾਂ ਦੁਕਾਨ 'ਤੇ ਕੰਮ ਕਰਦਾ ਸੀ। ਸਰਪੰਚ ਨੇ ਇਹ ਵੀ ਕਿਹਾ ਕਿ ਨਿਹੰਗ ਬੇਵਜਾਹ ਇਸ ਮੁੰਡੇ ਦੇ ਉੱਪਰ ਹਮਲਾ ਕਰ ਦਿੰਦੇ ਨੇ ਅਤੇ ਉਸਦੀ ਜਾਨ ਲੈ ਲੈਂਦੇ ਨੇ। ਇਸ ਮਾੜੀ ਘਟਨਾ ਦੇ ਵਾਪਰਨ ਤੋਂ ਬਾਅਦ ਪਰਿਵਾਰਕ ਮੈਂਬਰਾਂ ਸਮੇਤ ਪਿੰਡ ਵਾਲੇ ਬੇਹੱਦ ਦੁੱਖ ਦੇ ਵਿੱਚ ਨੇ, ਜਿਨ੍ਹਾਂ ਦਾ ਕਹਿਣਾ ਹੈ ਕਿ ਸਾਡੇ ਇਲਾਕੇ ਦੇ ਵਿੱਚ ਨਿੱਤ ਦਿਨ ਇਹੋ ਜਿਹੀਆਂ ਘਟਨਾਵਾਂ ਹੋ ਰਹੀਆਂ ਨੇ। ਲੋਕ ਬੇਖੌਫ ਹੋ ਕੇ ਵੱਡੀਆਂ ਵਾਰਦਾਤਾਵਾਂ ਨੂੰ ਅੰਜਾਮ ਦੇ ਰਹੇ ਨੇ, ਬਿਨਾਂ ਇਸ ਗੱਲ ਦੀ ਪਰਵਾਹ ਕੀਤੇ ਕਿ ਪਰਿਵਾਰਾਂ ਦੇ ਪਰਿਵਾਰ ਉਹਨਾਂ ਦੀਆਂ ਇਹਨਾਂ ਗਲਤੀਆਂ 'ਤੇ ਗੁੱਸੇ ਦੇ ਕਰਕੇ ਉਜੜ ਰਹੇ ਨੇ। ਇਸ ਘਟਨਾ ਦੇ ਵਾਪਰਨ ਤੋਂ ਬਾਅਦ ਇਹ ਵੀ ਪਤਾ ਲੱਗਿਆ ਕਿ ਪਤੀ ਪਤਨੀ ਦੇ ਆਪਸੀ ਝਗੜੇ ਤੋਂ ਬਾਅਦ ਹੀ ਇਸ ਮੁੰਡੇ ਦੀ ਜਾਨ ਲਈ ਗਈ ਹੈ। ਆਖਿਰਕਾਰ ਇਹ ਪੂਰਾ ਮਾਮਲਾ ਕੀ ਹੈ, ਪਿੰਡ ਵਾਲਿਆਂ ਤੋਂ ਅਤੇ ਪਰਿਵਾਰਕ ਮੈਂਬਰਾਂ ਤੋਂ ਹੀ ਜਾਣਦੇ ਹਾਂ। ਫਿਲਹਾਲ ਪਰਿਵਾਰ ਦੇ ਵਿੱਚ ਮਾਂ ਪਿਓ ਦੀ ਹਾਲਤ ਇਹੋ ਜਿਹੀ ਸੀ ਕਿ ਉਹ ਗੱਲਬਾਤ ਤੱਕ ਨਹੀਂ ਕਰ ਪਾ ਰਹੇ। ਮਾਂ ਇਹੀ ਕਹਿ ਰਹੀ ਸੀ ਆਪਣੇ ਪੁੱਤ ਨੂੰ ਕਿ ਤੇਰੀ ਥਾਂ 'ਤੇ ਮੈਂ ਚਲੀ ਜਾਂਦੀ, ਤੇਰੇ ਨਾਲ ਇੰਨੀ ਮਾੜੀ ਘਟਨਾ ਕਿਉਂ ਵਾਪਰ ਗਈ। ਮੇਰਾ ਬੱਚਾ ਜੀ, ਉਹ ਅਸੀਂ ਤਾਂ ਜੀਰੀ ਲਾਉਣ ਗਏ ਸੀ। ਸਵੇਰੇ ਆਪਦਾ ਕੰਮ 'ਤੇ ਉਹ ਦੁਕਾਨ 'ਤੇ ਜਾਂਦਾ ਸੀ, ਫਰਿੱਜ ਏ ਸੀ ਸਮਾਰਦਾ ਸੀ, ਸਵੇਰੇ ਜਾਂਦਾ ਸੀ ਸ਼ਾਮ ਨੂੰ ਘਰ ਆਉਂਦਾ ਸੀ। ਅੱਜ ਦੇਖੋ ਜੀ, ਉਹ ਤਾਂ ਹੁਣ ਪਰਮਾਤਮਾ ਨੂੰ ਪਤਾ ਹੈ ਜਾਂ ਉਸ ਨਗਰ ਨੂੰ ਪਤਾ ਹੈ ਵੀ ਉਹ ਮੇਰੇ ਬੱਚੇ ਨਾਲ ਕੀ ਹੋਇਆ ਜਾਂ ਕੀ ਨਾ ਹੋਇਆ। ਅਸੀਂ ਤਾਂ ਜੀਰੀ ਲਾਉਂਦੇ ਅਤੇ ਮੈਨੂੰ ਜੀਰੀ ਲਾਉਂਦੇ ਨੂੰ ਮੇਰੇ ਭਰਾ ਕੋਲ ਫੋਨ ਗਿਆ ਵੀ ਇਸ ਤਰ੍ਹਾਂ ਐਂ ਕਰਕੇ ਗੱਲ ਹੋ ਗਈ। ਅਸੀਂ ਉੱਥੇ ਆਪਦਾ ਕੰਮ ਜਿੱਥੇ ਅਸੀਂ ਕਰ ਰਹੇ ਤੇ ਉੱਥੇ ਕੰਮ ਛੱਡ ਕੇ ਅਸੀਂ ਆਪਦੇ ਘਰ ਆਏ ਜੀ, ਤਾਂ ਅਸੀਂ ਉਰੇ ਪਹੁੰਚੇ ਹਾਂ। ਹਾਲੇ ਸਾਨੂੰ ਤਾਂ ਅੰਦਰ ਵੀ ਨਹੀਂ ਜਾਣ ਦਾ, ਸਾਡੇ ਬੱਚਿਆਂ ਨੂੰ ਸਾਨੂੰ ਐਂ ਨਹੀਂ ਪਤਾ ਵੀ ਮੇਰਾ ਬੱਚਾ ਹੈਗਾ ਕਿ ਨਾ ਹੈਗਾ, ਸਾਹਾਂ 'ਤੇ ਹੈ ਕਿ ਸਾਹ ਪੂਰੇ ਹੋ ਗਏ, ਦੇਖੋ ਮੈਨੂੰ ਨਹੀਂ ਪਤਾ ਜੀ। ਗੁਰਦਰਸ਼ਨ ਦੀ ਵੱਡੀ ਖਨਾਲ ਕਲਾਂ ਦੁਕਾਨ ਕਰੀ ਹੋਈ ਸੀ, ਉਹ ਜਿੱਥੇ ਤੱਕ ਸੁਣਿਆ ਵੀ ਉਹਨਾਂ ਦਾ ਮੀਆਂ ਬੀਬੀ ਦਾ ਰੌਲਾ ਸੀਗਾ ਦੋਵਾਂ ਦਾ। ਉਹ ਜਦੋਂ ਕੁੱਟਮਾਰ ਲੱਗਿਆ ਕਰਨ, ਜਿੰਨੀ ਕੁ ਸਾਨੂੰ ਜਾਣਕਾਰੀ ਆਈ ਹੈਗੀ, ਉਹ ਚਲੋ ਉਹਦੀ ਦੁਕਾਨ ਲਵੇ ਵੱਗ ਗਿਆ, ਮੁੰਡੇ ਦੀ ਲਵੇ, ਉਹ ਛੁਡਾਉਣ ਲੱਗ ਗਿਆ ਵੀ ਯਾਰ ਤੂੰ ਕਿਉਂ ਕੁੱਟਦਾ ਜਾਂ ਮਾਰਦਾ ਗਾ। ਉਹਨੇ ਚਲੋ ਉਹਨੂੰ ਤਾਂ ਨਹੀਂ ਕੁਛ ਕਿਹਾ ਆਪਦੇ ਘਰਦਿਆਂ ਨੂੰ, ਫਿਰ ਉਹ ਮੁੰਡੇ ਦੀ ਕਿਰਪਾਨਾਂ ਮਾਰ ਕੇ ਉਹਦੇ ਮਤਲਬ ਢਿੱਡ 'ਚ ਮਾਰੀਆਂ, ਗਰਦਨ 'ਚ ਮਾਰੀ, ਉਹਦੀ
ਇੱਕ ਨਿਰਦੋਸ਼ ਬੰਦੇ ਦੀ ਉਹਦਾ ਕੋਈ ਕਸੂਰ ਨਹੀਂ ਸੀ ਮੁੰਡੇ ਦਾ। 24 ਸਾਲ ਦੀ ਉਮਰ ਦੀ ਇੱਕ ਹੁਣ ਮਾੜਾ ਮੋਟਾ ਕੰਮ ਕਰਨ ਲੱਗਿਆ ਸੀ, ਸਹਾਰਾ ਲਵਾਉਣ ਲੱਗਿਆ ਸੀ, ਗਰੀਬ ਘਰ ਦਾ ਬੱਚਾ, ਉਹ ਐਂ ਵੱਢਿਆ ਗਿਆ, ਤੁਸੀਂ ਲਾ ਲਓ ਵੀ ਥੌਂਤੀ ਮੌਤ ਹੋ ਗਈ ਜੀ ਉਹਦੀ। ਦੇਖੋ ਜੀ ਮਜ਼ਦੂਰੀ ਕਰਦੇ ਨੇ ਮਾੜਾ ਮੋਟਾ, ਚਲੋ ਦੁਕਾਨ 'ਤੇ ਦੁਕਾਨ ਕਰੀ ਹੋਈ ਸੀਗੀ। ਔਰ ਅਸੀਂ ਤਾਂ ਇਹ ਬੇਨਤੀ ਕਰਦੇ ਹਾਂ ਵੀ ਗਰੀਬ ਘਰ ਦੇ ਮੁੰਡਾ ਉਹ, ਔਰ ਸਰਕਾਰ ਵੱਲੋਂ ਵੀ ਉਹਨਾਂ ਦੀ ਮਾਲੀ ਮਦਦ ਕੀਤੀ ਜਾਵੇ ਜੀ। ਕਮਾਈ ਤਾਂ ਚਲੋ ਜੀ ਉਹਦਾ ਡੈਡੀ ਆ ਜੀ, ਕਰਦੇ ਤਾਂ ਉਹ ਦਿਹਾੜੀ ਹੋਏ ਨੇ, ਕਮਾਈ ਦਾ ਐਡਾ ਕੋਈ ਸਾਧਨ ਨਹੀਂ ਹੈਗਾ। ਵੀ ਇੱਕ ਨਿਰਦੋਸ਼ ਬੰਦੇ ਨਾਲ, ਮੁੰਡੇ ਨਾਲ ਬਹੁਤ ਜ਼ਿਆਦਾ ਮਾੜੀ ਘਟਨਾ ਹੋਈ ਹੈ ਜੀ ਇਹ ਪਰਿਵਾਰ ਨਾਲ। ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਇਹਨਾਂ ਨੂੰ ਮਾਲੀ ਸਹਾਇਤਾ ਵੀ ਕੀਤੀ ਜਾਵੇ ਔਰ ਉਹ ਬੰਦੇ 'ਤੇ ਸਖ਼ਤ ਕਾਰਵਾਈ ਕਰੀ ਜਾਵੇ। ਸਾਡੇ ਪਿੰਡ ਦਾ ਇੱਕ ਬੰਦਾ ਸੀਗਾ ਜੋ ਕੀ ਕਹਿੰਦੇ ਆ ਉਹ ਨਿਹੰਗ ਜਿਵੇਂ ਹੁੰਦੇ ਆ ਉਸ ਤਰ੍ਹਾਂ ਦਾ ਬਾਣੇ ਦੇ ਵਿੱਚ ਸੀਗਾ, ਅਤੇ ਉਹਨੇ ਉਹਨੂੰ ਆਣ ਕੇ ਮੁੰਡੇ ਨੂੰ ਬਿਨ ਵਜ੍ਹਾ ਅਤੇ ਉਹਦੇ ਸਿਰ ਦੇ ਵਿੱਚ ਕਿਰਪਾਨ ਮਾਰੀ ਅਤੇ ਬੱਖੀ 'ਚ ਕਿਰਪਾਨ ਮਾਰੀ। ਜਦੋਂ ਮੈਨੂੰ ਫੋਨ ਦੇ ਉੱਤੇ ਦੱਸਿਆ ਗਿਆ ਅਤੇ ਅਸੀਂ ਮੌਕੇ 'ਤੇ ਪਹੁੰਚੇ ਹਾਂ, ਉਦੋਂ ਨੂੰ ਇਹ ਮੁੰਡੇ ਨੂੰ ਲੈ ਆਏ ਸੀਗੇ ਹੋਸਪਿਟਲ, ਅਤੇ ਉਰੇ ਆ ਕੇ ਜੋ ਡਾਕਟਰਾਂ ਸਾਹਿਬ ਨਾਲ ਗੱਲ ਕੀਤੀ ਆ ਅਤੇ ਉਹ ਡੈੱਡ ਹੋ ਗਿਆ ਮੁੰਡਾ। ਇਹ ਨਾ ਜੀ ਸਮਝ ਨਹੀਂ ਆਉਂਦਾ, ਸਾਡੇ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਇਹ ਘਟਨਾ ਇੰਨੀਆਂ ਕੁ ਹੋ ਰਹੀਆਂ ਨੇ, ਰੋਜ਼ ਚੋਰੀਆਂ, ਰੋਜ਼ ਹੀ ਇਹ ਕਤਲ, ਮਰਡਰ, ਲੜਾਈਆਂ ਆਮ ਜੀ ਬਣ ਗਿਆ, ਜਿਵੇਂ ਕਲਚਰ ਹੋ ਗਿਆ। ਅੱਗੇ ਕਲਚਰ ਪੰਜਾਬ ਦਾ ਕੁਛ ਹੋਰ ਸੀਗਾ, ਹੁਣ ਇਹ ਚੀਜ਼ਾਂ ਦਾ ਕਲਚਰ ਹੋ ਗਿਆ। ਸਾਡੇ ਜ਼ਿਆਦਾ ਦੜਬੇ ਹਲਕੇ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਜੀ। 7 ਵਜੇ ਅਤੇ ਉਹਦੀ ਲੜਾਈ ਵਗੈਰਾ ਕਹਿੰਦੇ ਆ ਵੀ ਹੋਈ ਹੈ, ਪਰ ਸਾਡੇ ਕੋਲ ਬਰੋਡ ਡੈੱਡ ਸੀ, ਅਸੀਂ ਇਮੀਡੀਏਟਲੀ ਮੋਰਚਰ 'ਚ ਸ਼ਿਫਟ ਕਰਤਾ, ਬਾਕੀ ਪੋਸਟਮਾਰਟਮ ਰਿਪੋਰਟ ਦੱਸੇਗੀ ਕੀ। ਸ਼ਾਮੀ ਸਾਨੂੰ ਇੱਕ ਫੋਨ ਕਾਲ ਆਈ ਸੀ ਕਿ ਪਿੰਡ ਖਨਾਲ ਕਲਾਂ ਕੋਈ ਲੜਾਈ ਝਗੜਾ ਹੋ ਰਿਹਾ ਸੀ, ਜੋ ਮੌਕੇ 'ਤੇ ਜਾ ਕੇ ਦੇਖਿਆ ਤਾਂ ਉੱਥੋਂ ਜਿਹੜੇ ਸੱਟਾਂ ਲੱਗੀਆਂ ਸੀ ਗੁਰਦਰਸ਼ਨ ਦੇ ਉਹਨੂੰ ਹਸਪਤਾਲ ਲੈ ਗਏ ਸੀ ਉੱਥੋਂ ਪਿੰਡ ਦੇ ਲੋਕ। ਬਾਅਦ 'ਚ ਹੁਣ ਉੱਥੇ ਸਾਨੂੰ ਪਤਾ ਲੱਗਾ ਮੌਕੇ 'ਤੇ ਪਹੁੰਚ ਕੇ ਵੀ ਇਹਨਾਂ ਦਾ ਪਿੰਡ 'ਚੋਂ ਕੋਈ ਲੜਕਾ ਹੈਗਾ, ਉਹਨੇ ਕਿਰਪਾਨ ਨਾਲ ਉਹਦੇ ਸੱਟਾਂ ਮਾਰੀਆਂ ਨੇ। ਅਤੇ ਹੁਣ ਸਾਨੂੰ ਹੁਣੇ 10-15 ਮਿੰਟ ਪਹਿਲਾਂ ਰੁਕਾ ਆ ਗਿਆ, ਉਹਦੀ ਉੱਥੇ ਦੌਰਾਨੇ ਇਲਾਜ ਡੈਥ ਹੋ ਗਈ ਹੈ, ਇਹ ਘਟਨਾ ਵਾਪਰੀ ਹੈ ਅਤੇ ਬਾਕੀ ਅੱਗੇ ਤਫਤੀਸ਼ ਜਾਰੀ ਹੈ। ਜਿਹੜਾ ਵਿਅਕਤੀ ਜਿਹਨੇ ਕੀਤਾ ਜੀ ਇਹ, ਉਹਦਾ ਕੀ ਨਾਮ ਹੈ ਜੀ? ਜਿਹੜਾ ਉਹ ਜਿਹਨੇ ਕੀਤਾ ਉਹ ਬਿੱਟੂ ਸਿੰਘ, ਅਜੇ ਮੁੱਢਲੀ ਤਫਤੀਸ਼ 'ਚ ਬਿੱਟੂ ਸਿੰਘ ਉਹਦਾ ਨਾਂ ਸਾਹਮਣੇ ਆ ਰਿਹਾ, ਬਾਕੀ ਅੱਗੇ ਜਿੱਦਾਂ ਵੀ ਉੱਥੇ ਮੌਕੇ 'ਤੇ ਪਤਾ ਲੱਗੂ ਪਰਿਵਾਰ ਵਾਲੇ ਦੱਸਣਗੇ ਉਸ ਹਿਸਾਬ ਨਾਲ ਬਣਦੀ ਕਾਰਵਾਈ ਕੀਤੀ ਜਾਵੇ। ਹਾਂ ਇੰਨਾ ਨਹੀਂ ਜੇ ਕੁਛ ਇੰਨਾ ਕਲੀਅਰ ਨਹੀਂ, ਕਲੀਅਰ ਹੋ ਜੂਗਾ ਅਸੀਂ ਜਦੋਂ ਪਰਿਵਾਰ ਦੇ ਅਸੀਂ ਉਹਨਾਂ ਦਾ ਬਿਆਨ ਲਿਖ ਕੇ FIR ਦੇਵਾਂਗੇ ਅਤੇ ਕੁਛ ਸਭ ਚੀਜ਼ਾਂ ਅੱਗੇ। ਜਿਹੜਾ ਇਹ ਸਮ ਭਾਣਾ ਵਾਪਰਿਆ ਬਹੁਤ ਮਾੜਾ ਹੋਇਆ, ਬਹੁਤ ਬੱਚਾ ਸਰੀਫ ਸੀਗਾ, ਜਿਹੜਾ ਇਹ ਪਰਿਵਾਰ ਹੈ ਮੌਕੇ ਮੁਤਾਬਕ ਬੋਲਣ ਦੀ ਹਾਲਤ 'ਚ ਨਹੀਂ, ਬੱਚਾ ਜਿਹੜਾ ਉੱਥੇ ਡੈੱਡ ਬੋਡੀ ਹਸਪਤਾਲ ਦੇ ਵਿੱਚ ਪਈ ਹੈ। ਅਸੀਂ ਸਰਕਾਰ ਤੋਂ ਪੁਰਜੋਗ ਅਪੀਲ ਕਰਦੇ ਹਾਂ ਕਿ ਇਹਨਾਂ ਦੀ ਕੋਈ ਨਾ ਕੋਈ ਮਾਲੀ ਮਦਦ ਕੀਤੀ ਜਾਵੇ ਅਤੇ ਜੋ ਬੰਦੇ ਨੇ ਇਹ ਘਟਨਾ ਵਾਪਰੀ ਹੈ, ਕੀਤਾ ਕੰਮ, ਉਹਨੂੰ ਸਖ਼ਤ ਤੋਂ ਸਖ਼ਤ ਸਜ਼ਾ ਸਰਕਾਰ ਵੱਲੋਂ ਦਿੱਤੀ ਜਾਵੇ। ਅਸੀਂ ਪੂਰਾ ਅੱਜ ਪਿੰਡ ਇਹਨਾਂ ਦੇ ਸਹਿਯੋਗ ਦੇ ਰਹੇ ਹਾਂ, ਪੂਰਾ ਸਾਥ ਦੇ ਰਹੇ ਹਾਂ, ਖੜ੍ਹੇ ਹਾਂ।